ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹੋਇਆ ਹਲਕਾ ਜਿਗਰਾਉਂ ਦੇ ਪਿੰਡ ਨਵਾਂ ਡੱਲਾ ਦੇ ਵਿੱਚ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਪਿੰਡ ਨਵਾਂ ਡੱਲਾ ਦੇ ਸਬੰਧ ਵਿੱਚ ਨਵਾਂ ਡੱਲਾ ਪਹੁੰਚਣ ਤੋਂ ਪਹਿਲਾਂ ਅਸੀਂ ਪਹੁੰਚ ਕੇ ਆਏ ਹਾਂ ਗੱਲਬਾਤ ਕਰਕੇ ਆਏ ਹਾਂ ਰੂਬਰੂ ਹੋ ਕੇ ਆਏ ਹਾਂ ਪਿੰਡ ਡੱਲਾ ਦੇ ਸਰਪੰਚ ਸਾਹਿਬ ਦੇ ਨਾਲ ਔਰ ਉਹਨਾਂ ਤੋਂ ਜਾਣਕਾਰੀ ਮਿਲੀ ਕਿ ਪਿੰਡ ਨਵਾਂ ਡੱਲਾ ਜੋ ਹੈ ਉਹ ਪਿੰਡ ਡੱਲਾ ਦਾ ਹੀ ਪਰਿਵਾਰ ਹੈ ਆਓ ਆਪਾਂ ਗੱਲਬਾਤ ਕਰੀਏ ਪਿੰਡ ਡੱਲਾ ਦੀ ਮੌਜੂਦਾ ਸਰਪੰਚ ਬੀਬੀ ਬਲਜਿੰਦਰ ਕੌਰ ਜੀ ਔਰ ਉਹਨਾਂ ਦੇ ਪਤੀ ਸਰਦਾਰ ਗੁਰਦੀਪ ਸਿੰਘ ਜੀ ਦੇ ਨਾਲ ਕਿ ਉਹਨਾਂ ਨੇ ਆਪਣੇ ਪਿੰਡ ਨਵਾਂ ਡੱਲਾ ਦੇ ਵਿਕਾਸ ਕੰਮ ਕਿਸ ਤਰ੍ਹਾਂ ਕਰਵਾਏ ਔਰ ਕਿੰਨੇ ਕੁ ਹਲੇ ਪੈਂਡਿੰਗ ਨੇ ਸਭ ਤੋਂ ਪਹਿਲਾਂ ਆਪਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਮੁੱਖ ਰੱਖਦੇ ਹੋਏ ਆਪਸ ਵਿੱਚ ਫਤਿਹ ਦੀ ਸਾਂਝ ਬੁਲਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਬਲਜਿੰਦਰ ਕੌਰ ਜੀ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਆ ਤੁਹਾਡਾ ਪਿੰਡ ਨਵਾਂ ਡੱਲਾ ਹਾਂਜੀ ਤੇ ਜਾਣਕਾਰੀ ਦਿਓ ਕਿ ਕਿੰਨਾ ਸਮਾਂ ਹੋਇਆ ਪਿੰਡ ਨਵਾਂ ਡੱਲੇ ਨੂੰ ਵਸੇ ਜੀ 40 ਕਿ ਸਾਲ ਹੋ ਗਏ ਤੇ ਉਦੋਂ ਦੀ ਪੰਚਾਇਤ ਬੱਜੀ ਆ ਹਾਂਜੀ ਇਹ ਪੰਜਵਾਂ ਸੀ ਪੰਜਵੇਂ ਸਰਪੰਚ ਬਣੇ ਆ ਜੀ ਹਾਂਜੀ ਦਸ਼ਕਾਂ ਦੱਸਣਾ ਚਾਹਾਂਗੇ ਕਿ ਪਿੰਡ ਨਵਾਂ ਡੱਲਾ ਜਿਸ ਨੂੰ ਕਰੀਬ 40 ਸਾਲ ਹੋ ਗਏ ਨੇ ਵਸੇ ਹੋਏ ਤੇ ਬੀਬੀ ਬਲਜਿੰਦਰ ਕੌਰ ਜੀ ਆਪਣੇ ਪਿੰਡ ਨਵੇਂ ਡੱਲੇ ਦੇ ਪੰਜਵੇਂ ਸਰਪੰਚ ਨੇ ਬੀਬੀ ਬਲਜਿੰਦਰ ਕੌਰ ਜੀ ਇਹ ਦੱਸੋ ਕਿ ਤੁਹਾਡੇ ਪਿੰਡ ਵਾਲਿਆਂ ਨੇ ਜਦੋਂ ਤੁਹਾਨੂੰ ਸਰਪੰਚ ਬਣਾਇਆ ਤਾਂ ਤੁਸੀਂ ਕਿਹੋ ਜਿਹਾ ਮਹਿਸੂਸ ਕੀਤਾ ਜੀ ਮੈਂ ਤਾਂ ਬਹੁਤ ਜ਼ਿਆਦਾ ਮਹਿਸੂਸ ਕੀਤਾ ਵੀ ਮੈਂ ਇਸ ਦੇ ਮੈਨੂੰ ਇਸ ਕਾਬਲ ਸਮਝਿਆ ਇਹਨਾਂ ਨੇ ਜੀ ਤੇ ਇਸ ਕਾਬਲ ਸਮਝ ਕੇ ਵੀ ਮੇਰਾ ਸੰਯੋਗ ਦਿੱਤਾ ਤੇ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੀ ਆਂ ਵੀ ਜਿੰਨਾ ਵੀ ਇਹ ਕਰਦਾ ਨਹੀਂ ਮੈਨੂੰ ਜ਼ਿੰਮੇਵਾਰੀ ਜਿੰਨੀ ਮੈਨੂੰ ਪਿੰਡ ਦੀ ਜ਼ਿੰਮੇਵਾਰੀ ਆ ਵੀ ਇਸ ਪਿੰਡ ਨਾਲ ਮੇਰਾ ਇੰਨਾ ਤਲਕ ਹੋ ਗਿਆ ਵੀ ਜੋ ਵੀ ਚੀਜ਼ ਬਣਨੀ ਮੇਰੇ ਮਨ ਨੂੰ ਹੁੰਦਾ ਵੀ ਇਹ ਵੀ ਚੀਜ਼ ਤਿਆਰ ਬਣੇ ਆ ਵੀ ਬਣੇ ਵੀ ਮੇਰਾ ਪਿੰਡ ਸਾਰੇ ਪਿੰਡਾਂ ਨੂੰ ਲਹਿਦਾ ਪਿੰਡ ਦੀ ਸੀ ਜੀ ਤੇ ਹੁਣ ਇਹ ਚਾਹਣਾ ਪਉ ਜਦੋਂ ਤੁਹਾਡੇ ਪਿੰਡ ਵਾਲਿਆਂ ਨੇ ਤੁਹਾਨੂੰ ਸਰਪੰਚ ਬਣਾਇਆ ਤਾਂ ਤੁਹਾਡੇ ਪਿੰਡ ਦੀਆਂ ਕਿੰਨੀਆਂ ਵੋਟਾਂ ਭੁਗਤੀਆਂ ਸੀ ਔਰ ਤੁਹਾਨੂੰ ਕਿੰਨੀਆਂ ਵੋਟਾਂ ਪਿੰਡ ਵਾਲਿਆਂ ਨੇ ਝੋਲੀ ਵਿੱਚ ਪਾਈਆਂ ਜੀ ਪਿੰਡ ਦੀਆਂ ਵੋਟਾਂ ਤੇ ਸਾਡੀ ਤਰਕੀਬ ਹਨ ਉਤਾ 300 ਵੋਟਾਂ ਕੁਸ ਬੰਦੇ ਬਾਹਰ ਗਏ ਹੋਇਆ ਤੇ ਐਨਆਰ ਵੀਆ ਤੇ 1500 ਵੋਟ ਸਾਡੇ ਪਿੰਡ ਚ ਹੁੰਦੀ ਹੈ ਤੇ 100 ਵੋਟ ਨਾਲ ਮੈਂ ਜੁੱਤੀਆਂ 50 ਵੋਟਾਂ ਨਾਲ ਉਹਨਾਂ ਨੂੰ ਪਈਆਂ ਮੇਰੇ ਹੀ ਵੋਟ 100 ਵੋਟ ਝੋਲੀ ਚ ਪਈ ਆ ਜੀ ਆਓ ਆਪਾਂ ਗੱਲਬਾਤ ਕਰਦੇ ਆਂ ਬੀਬੀ ਬਲਜਿੰਦਰ ਕੌਰ ਜੀ ਦੇ ਪਤੀ ਸਰਦਾਰ ਗੁਰਦੀਪ ਸਿੰਘ ਜੀ ਦੇ ਨਾਲ ਗੁਰਦੀਪ ਜੀ ਜੇਕਰ ਆਪਾਂ ਗੱਲ ਕਰੀਏ ਸਰਪੰਚੀ ਦੀ ਜੀ ਜਦੋਂ ਸਰਪੰਚ ਸ਼ਬਦ ਜੁਬਾਨ ਤੇ ਆਂਦਾ ਤਾਂ ਕਿਤੇ ਨਾ ਕਿਤੇ ਜਾ ਕੇ ਜਿਹੜਾ ਮਰਦ ਪ੍ਰਧਾਨ ਸਮਾਜ ਆ ਸਰਪੰਚੀ ਦਾ ਅਹੁਦਾ ਲੈਣ ਲਈ ਉਹਦੀ ਮੁੱਛ ਦਾ ਜਿਹੜਾ ਵਟਾ ਨਾ ਉੱਪਰ ਨੂੰ ਹੋ ਜਾਂਦਾ ਪਰ ਸਰਕਾਰ ਦੀਆਂ ਕੁਝ ਨੀਤੀਆਂ ਨੇ ਜਿਹਦੇ ਵਿੱਚ ਪਿੰਡ ਮੈਲਾ ਰਿਜ਼ਰਵ ਹੋ ਗਏ ਤੇ ਮੈਲਾ ਰਿਜ਼ਰਵ ਹੋਣ ਦੇ ਨਾਲ ਜਦੋਂ ਇਹ ਸਰਪੰਚੀ ਦਾ ਅਹੁਦਾ ਸੀਗਾ ਇਹ ਲੱਗ ਗਿਆ ਬੀਬੀ ਜੀ ਦੇ ਨਾਮ ਦੇ ਨਾਲ ਤੁਹਾਨੂੰ ਕੀ ਮਹਿਸੂਸ ਹੋਇਆ ਨਹੀਂ ਜੀ ਇਹ ਜਿਹੜਾ ਪਿੰਡ ਦੇ ਬਸੋ ਰਿਜ਼ਰਵੇਸ਼ਨ ਹੋਈ ਆ ਜਾਂ ਪਿੰਡ ਚ ਇਹਨਾਂ ਨੇ ਲੇਡੀ ਜੀ ਨੂੰ ਸੀਟ ਦੇਣੀ ਸੀ ਇਹ ਦਿੱਤੀ ਆ ਕੋਈ ਇਹ ਮੈਂ ਬਹੁਤ ਖੁਸ਼ੀ ਮਨਾਉਣਾ ਵੀ ਵੀ ਇਹ ਲੇਡੀ ਜੀ ਨੂੰ ਵੀ ਮੂਹਰੇ ਕਰਦੇ ਆ ਵੀ ਇਹ ਕੰਮ ਕਰਦੇ ਆ ਜੇ ਇਹ ਵੀ ਮਾਨ ਵਾਲੀ ਗੱਲ ਹੀ ਹੁੰਦੀ ਆ ਜੇ ਕੋਈ ਪਿੰਡਦਿਆਂ ਨੇ ਚੰਗਾ ਸਮਝਿਆ ਜਾਂ ਮੈਨੂੰ ਮੈਨੂੰ ਵੀ ਪਰਿਵਾਰ ਚੋਂ ਸਮਝਿਆ ਜਾਂ ਇਹਨਾਂ ਨੂੰ ਵੋਟ ਪੈ ਗਈ ਇਹਨਾਂ ਦੇ ਮੂਹਰੇ ਵੀ ਪਈ ਆ ਜਾਂ ਕੋਈ ਪਿੰਡ ਚ ਅਸੀਂ ਕੰਮ ਕਰ ਰਹੇ ਆ ਕੋਈ ਇਹ ਨਹੀਂ ਹੈ ਜਾਂ ਵੀ ਸਰਪੰਚ ਹੀ ਆ ਜਾਂ ਮੈਂ ਕੋਈ ਬਾਹਲੀ ਵੀ ਮੋਚ ਖੜੀ ਰੱਖਦਾ ਜਾਂ ਕੋਈ ਮੈਂ ਵੀ ਫੂਫਾਂ ਕਰਦਾ ਇਹ ਸਗਾਂ ਦੀ ਮੈਨੂੰ ਉਤੋਂ ਉਸ ਦਿਨ ਤੋਂ ਨਰਮਾਈ ਰੱਖਣੀ ਪੈ ਰਹੀ ਆ ਸਗਾਂ ਦੀ ਲੋਕਾਂ ਦੀਆਂ ਗੱਲਾਂ ਵੀ ਝੱਲਣੀਆਂ ਪੈਂਦੀਆਂ ਸਗਾਂ ਦੀ ਨਿਮਰਤਾ ਨਾਲ ਸਰਪੰਚੀ ਕਰਨੀ ਪੈਂਦੀ ਹੈ ਜੀ ਤੇ ਚਾਹੀਦੀ ਵੀ ਨਿਮਰਤਾ ਨਾਲ ਪਰ ਮੈਨੂੰ ਜੇ ਕੋਈ ਬੋਲ ਵੀ ਜਾਣਾ ਤਾਂ ਵੀ ਕਹਦੇ ਕੋਈ ਗਾਲੀ ਚੁਪਾ ਆਪਾਂ ਨੂੰ ਇਹਨਾਂ ਨੇ ਬਣਾਇਆ ਆ ਆਪਾਂ ਪਿੰਡ ਦਾ ਕੰਮ ਕਰਕੇ ਦਿਖਾਉ ਕੀਤਾ ਵੀ ਹੈ ਤੇ ਕਰਾਂਗੇ ਵੀ ਜੀ ਹਾਂਜੀ ਬੀਬੀ ਬਲਜਿੰਦਰ ਗੌਰ ਜੀ ਇੱਕ ਸਵਾਲ ਤੁਹਾਡਾ ਨਾ ਕਰਦੇ ਜਿਸ ਤਰ੍ਹਾਂ ਹੁਣ ਸਰਦਾਰ ਗੁਰਦੀਪ ਸਿੰਘ ਜੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਨਾਲੋਂ ਵੱਧ ਨਰਮਾਈ ਰੱਖਣੀ ਪੈ ਰਹੀ ਆ ਕੋਈ ਤੁਹਾਡੇ ਹੁਣੇ 3 ਸਾਲ ਦੇ ਕਾਰਜਕਾਲ ਦੇ ਦੌਰਾਨ ਕੋਈ ਇਹੋ ਜਿਹਾ ਤਜਰਬਾ ਦੱਸੋ ਜਦੋਂ ਸਰਦਾਰ ਗੁਰਦੀਪ ਸਿੰਘ ਜੀ ਨੇ ਨਰਮਾਈ ਰੱਖੀ ਹੋਵੇ ਔਰ ਕਿਤੇ ਨਾ ਕਿਤੇ ਜਾ ਕੇ ਕਿਉਂਕਿ ਔਰਤਾਂ ਤੁਹਾਡੀ ਜਦੋਂ ਕਿਸੇ ਦਿਨ ਨਾਲ ਹੈ ਨਾ ਨਿਆ ਨਹੀਂ ਹੁੰਦਾ ਤਾਂ ਪੱਕ ਜਾਂਦੀਆਂ ਨੇ ਤੇ ਉਦੋਂ ਤੁਹਾਨੂੰ ਇਹ ਕਹਿਣਾ ਪਿਆ ਪਹਿਣਾ ਮਤਲਬ ਕਹਿਣਾ ਪਿਆ ਹੋਵੇ ਗੁਰਦੀਪ ਜੀ ਨੂੰ ਵੀ ਇੱਥੇ ਜ਼ਿਆਦਾ ਨਰਮਾਈ ਨਹੀਂ ਤੇ ਸਖਤਾਈ ਦੀ ਲੋੜ ਹੈ ਹਾਂਜੀ ਜੀ ਕਹਿਣਾ ਵੀ ਪੈਂਦਾ ਜੀ ਜੀ ਹਾਂਜੀ ਹਾਂਜੀ ਕੋਈ ਇੱਕ ਤਜਾ ਆਪਣਾ ਤਜਰਬਾ ਦੱਸੋ ਜਿੱਤੇ ਅਲਬੇਟਾ ਤੇ ਬਹੁਤ ਜ਼ਿਆਦਾ ਹੋ ਜਾਂਦੇ ਆ ਜੇ ਹੁਣ ਕੋਈ ਇਹ ਜਿਹਾ ਵੀ ਆ ਜਿਵੇਂ ਕਈ ਗਰ ਬੀਆਂ ਬਣਾਈਆਂ ਵਾ ਆਪਾਂ ਨੂੰ ਸਰ ਸਰਕਾਰ ਗਵਰਨਮੈਂਟ ਸੈਂਟਰ ਸਰਕਾਰ ਗਵਰਨਮੈਂਟ ਨੇ ਆਪਾਂ ਨੂੰ ਬਹੁਤ ਬਹੁਤ ਜ਼ਿਆਦਾ ਸਹੂਲਤ ਦਿੱਤੀ ਐ ਨਰੇਗਾ ਚ ਉਹਦੇ ਕਾਰਨ ਹੀ ਆਪਣੀਆਂ ਬੀਆਂ ਬਣੀਆਂ ਨੇ ਬੀਆਂ ਦੇ ਵਿੱਚ ਰੋਲੇ ਵੀ ਪਏ ਆ ਜਾ ਕੇ ਜਦੋਂ ਇਹਨਾਂ ਤੋਂ ਵੀ ਮੈਂ ਗਾਣਾ ਵੀ ਖਾਂਦੀ ਸੀ ਵੀ ਤੁਸੀਂ ਆ ਕੇ ਬੋਲਣਾ ਨਹੀਂ ਫੇਰ ਵੀ ਮੈਂ ਤੋੜਿਆ ਨਹੀਂ ਗਿਆ ਮੈਂ ਕਹਾਂ ਜੇ ਮੈਨੂੰ ਪਿੰਡ ਨੇ ਚੁਣਿਆ ਮੈਨੂੰ ਕਿਸੇ ਕਾਰਨ ਨਹੀਂ ਚੁਣਿਆ ਤੇ ਵੀ ਮੈਂ ਬੋਲ ਸਕਦੀ ਆ ਜੇ ਮੈਨੂੰ ਸਰਕਾਰ ਨੇ ਅਹੁਦਾ ਦਿੱਤਾ ਤੇ ਮੈਨੂੰ ਬੋਲਣ ਨੂੰ ਦਿੱਤਾ ਜੀ ਸੱਚ ਬੋਲੂਗੀ ਪਰ ਝੂਠ ਨਾ ਬਲਾਵੇ ਜਦੋਂ ਆਪਾਂ ਕੋਈ ਕਿਸੇ ਪਾਸੇ ਇਸੇ ਦਾ ਮਾੜਾ ਨਹੀਂ ਸੋਚਣਾ ਤੇ ਆਪਾਂ ਡਰਨਾ ਵੀ ਨਹੀਂ ਜੀ ਸਿਟੀ ਲਾਈਵ ਦੇ ਦਰਸ਼ਕਾਂ ਦੇ ਨਾਲ ਹੀ ਗੱਲ ਸਾਂਝੀ ਕਰਨਾ ਚਾਹਾਂਗੇ ਕਿ ਹੁਣ ਤੱਕ ਤੁਸੀਂ ਸਿਟੀ ਲਾਈਵ ਚੈਨਲ ਦੇ ਜ਼ਰੀਏ ਕਰੀਬ 7 ਹਲਕਿਆਂ ਦੇ ਸਰਪੰਚ ਭਾਈਚਾਰੇ ਦੇ ਰੂਬਰੂ ਹੋ ਚੁੱਕੇ ਹ ਜਿਦੇ ਵਿੱਚ ਜਿਸ ਦੇ ਵਿੱਚ ਫੀਮੇਲ ਜੋ ਸਰਪੰਚ ਨੇ ਉਹ ਵੀ ਤੁਹਾਡੇ ਰੂਬਰੂ ਹੋਏ ਨੇ ਔਰ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰੀ ਜਿਹੜੀ ਸਰਪੰਚ ਸੈਭਾ ਹੁੰਦੀਆਂ ਨੇ ਉਹ ਆਪਣੇ ਹਸਬੰਡ ਦੇ ਨਾਲ ਬੈਠੇ ਰਹਿੰਦੇ ਨੇ ਔਰ ਸੁਣਦੇ ਰਹਿੰਦੇ ਨੇ ਕਿ ਸਰਪੰਚ ਪਿੰਡ ਦੇ ਬਾਰੇ ਕੀ ਕੀ ਗੱਲਬਾਤ ਉਹਨਾਂ ਦੇ ਹਸਬੰਡ ਦੱਸ ਰਹੇ ਨੇ ਪਰ ਔਰ ਜਿਸ ਤਰ੍ਹਾਂ ਹਲਕਾ ਰਾਇਕੋਟ ਦੇ ਵਿੱਚ ਬੁਰਜ ਹਰੀ ਸਿੰਘ ਦੀ ਬੀਬੀ ਭੁਪਿੰਦਰ ਕੌਰ ਕੰਮਕਾਰ ਸੰਭ ਰਹੀ ਆ ਔਰ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਪਿੰਡ ਲਚਕਾਣੀ ਤੋਂ सरपंच ਮਹਿਲਾ ਕਮਕਰ ਸਾੰਬਰੀ ਔਰ ਉਸੇ ਪ੍ਰਕਾਰ ਹਲਕਾ ਜਗਰਾਉਂ ਦੇ ਵਿੱਚ ਬੀਬੀ ਨਵਾਂ ਡੱਲਾ ਤੋਂ ਬਲਜਿੰਦਰ ਕੌਰ ਆਪਣੇ ਪਿੰਡ ਦੇ ਕੰਮ ਸੰਭਰੇ ਨੇ ਔਰ ਪਿੰਡ ਨਵਾਂ ਡੱਲਾ ਦੇ ਵਸਨੀਕ ਵਧਾਈ ਦੇ ਪਾਤਰ ਨੇ ਕਿਉਂਕਿ ਇੱਥੋਂ ਮਹਿਲਾ ਸਰਪੰਚ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਾਰੀਆਂ ਪਤਾ ਹੈ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਗੁਰਦੀਪ ਸਿੰਘ ਜੀ ਦੇ ਨਾਲ ਗੁਰਦੀਪ ਜੀ ਜਿਸ ਤਰ੍ਹਾਂ ਬੀਬੀ ਜੀ ਨੇ ਚਾਣਨਾ ਪਾਇਆ ਕਿ ਪਹਿਲਾਂ ਤਾਂ ਸਰਬਸੰਮਤੀ ਦੀ ਸਲਾਹ ਸੀ ਪਿੰਡ ਵਾਲਿਆਂ ਦੀ ਤੇ ਉਸ ਤੋਂ ਬਾਅਦ ਚੋਣਾਂ ਹੋਈਆ ਤੇ ਕੀ ਕਾਰਨ ਸੀਗਾ ਕਿ ਸਰਬਸੰਮਤੀ ਤੋਂ ਬਾਅਦ ਡਿਸੀਜਨ ਬਦਲ ਲਿਆ ਗਿਆ ਪਿੰਡ 'ਚ 2-4 ਘਰ ਹੁੰਦੇ ਆ ਜਾਂ ਹਰ ਇੱਕ ਪਿੰਡ 'ਚ ਪਾਰਟੀਬਾਜ਼ੀ ਮਾੜੀ-ਮੁੱਟੀ ਹੁੰਦੀ ਆ ਠੀਕ ਆ ਮੈਂ ਕਾਲੀ ਦਲ ਨਾਲ ਬਲਾਕ ਕਰਦਾ ਜੀ ਸਰਕਾਰ ਆਪਣੇ ਕਾਂਗਰਸ ਦੀ ਸੀ ਕਿ ਉਹ ਮੈਨੂੰ ਕਹਿੰਦੇ ਸਾਨੂੰ ਕਹਿੰਦੇ ਵੀ ਜੇ ਕਾਂਗਰਸ ਬਣਨਾ ਤੁਸੀਂ ਉਹਨੂੰ ਸਰੂਪਾ ਕੰਪ ਪਾਉਣਾ ਪਊ ਅਸੀਂ ਕਹਿੰਦੇ ਵੀ ਸਰੂਪਾ ਵੀ ਨਿਰਪਾ ਖੁਦ ਨੂੰ ਹੋ ਕੇ ਕਾਂਗਰਸ 'ਚ ਨਹੀਂ ਜਾਣਾ ਵੀ ਪਿੰਡ ਦੀ ਖਾਤਰ ਮੰਗਣ ਦੀ ਖਾਤਰ ਗ੍ਰਾਂਟ ਮੰਗਣ ਦੀ ਖਾਤਰ ਦਾਖਾ ਸਾਹਿਬ ਕੋਲੇ ਜਾਵਾਂਗੇ ਜੇ ਕੋਈ ਸਾਂਝੇ ਕੰਮ ਨੂੰ ਜਾਣਾ ਉਹ ਜਿਵੇਂ ਮਰਜੀ ਚੱਲਾਂਗੇ ਸਾਰੀ ਪੰਚਾਇਤ ਦੇ ਨਾਲ ਆ ਜਿਵੇਂ ਕਹੂਗੀ ਪਰ ਇਹ ਨਿਰਾਪੁਰਾ ਇੱਕ ਤਰਫਾ ਨਹੀਂ ਹੋਣਾ ਵੀ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਜਾ ਜੋ ਉਸ ਕਰਕੇ ਸਾਡੇ ਪਿੰਡ 'ਚ ਵੋਟਾਂ ਪੈਣੀਆਂ ਪਵਆਂਗੀਆਂ ਵੋਟਾਂ ਪਵਾਈਆਂ ਵੀ ਆਉਂ ਆ ਤੇ ਸਾਨੂੰ ਲੋਕਾਂ ਨੇ ਸਹਿਯੋਗ ਵੀ ਬਹੁਤ ਦਿੱ ਸਾਨੂੰ ਜਾਨੀ ਉਹਨਾਂ ਨੂੰ ਡੇਢ ਗੁਣਾ ਵੱਧ ਵੋਟ ਪੈ ਚੁੱਕੀ ਹੈ ਜੀ ਹਾਂਜੀ ਗੁਰਦੀਪ ਜੀ ਜੇਕਰ ਗੱਲ ਕਰੀਏ ਤੁਹਾਡੇ ਪਿੰਡ ਨਵਾਂ ਡੱਲਾ ਦੀ ਤਾਂ ਪਿੰਡ ਵਾਸੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਕਿ ਜਾਣਕਾਰੀ ਕਿ ਮਿਲੀ ਕਿ ਪਿੰਡ ਨਵਾਂ ਡੱਲਾ ਜਿਹੜਾ ਇਹ ਸਾਰੇ ਇੱਕ ਹੀ ਪਰਿਵਾਰ ਦੇ ਸਾਰੇ ਜੀ ਨੇ ਤੇ ਜਦੋਂ ਸਾਰੇ ਇੱਕ ਹੀ ਪਰਿਵਾਰ ਦੇ ਜੀ ਨੇ ਤਾਂ ਫਿਰ ਵੀ ਆਪਣੇ ਪਿੰਡ ਦੇ ਵਿੱਚ ਪਾਰਟੀਬਾਜੀ ਆ ਨੇ ਹੈ ਪਰਿਵਾਰ ਵੀ ਇੱਕ ਹੈ ਗਵਾੜ ਵੀ ਹੈ ਇੱਕਾ ਸਿੱਧੂ ਗੋਤ ਦਾ ਸਾਰੇ ਸਾਰੇ ਸਿੱਧੂ ਪਰਿਵਾਰ ਨਾਲ ਸਾਡੇ ਬਲੌਕ ਕਰਦੇ ਆ ਸਾਰਿਆਂ ਦੀ ਜ਼ਮੀਨ ਇਧਰ ਜਗਰਾਉਂ ਵਾਲੀ ਸਾਈਡ ਸਾਡੀ ਇੱਥੇ ਪਲਾਟ ਬਜ਼ੁਰਗਾਂ ਨੇ ਕਟਾਲੇ ਸੀ 40 50 ਸਾਲ ਪਹਿਲਾਂ 40 ਕੇ ਸਾਲ ਹੋ ਗਏ ਪਿੰਡ बसे ਇਹਨੂੰ ਤੇ 25 ਸਾਲ ਪੰਜਵੀਂ ਪੰਚਾਇਤ ਬਣੀ ਆ 25 ਸਾਲ ਹੋ ਗਏ ਪੰਚਾਇਤ ਬਣਦੀ ਜੀ ਤੇ ਮਾੜਾ ਮੋਟਾ ਪਿੰਡਾਂ 'ਚ ਹੁੰਦਾ ਹੀ ਆ ਜੀ ਪਾਰਟੀ ਬਾਜ਼ੀਆਂ ਕੋਈ ਚਾਹੇ ਕੋਈ ਘਰਾਂ ਦਾ ਹੀ ਹੋਵੇ ਹੁੰਦਾ ਹੀ ਆ ਜੀ ਇਹਨਾਂ ਕੋਈ ਉਹ ਜਾਣੀ ਦਿਲ 'ਚ ਨਹੀਂ ਰਹੌਂਦਾ ਸਾਡੇ ਜਿੰਨੀ ਤੋਂ ਜਰੋਂ ਦੀ ਪੰਚਾਇਤ ਬਣੀ ਆ ਉਹਨੋਂ ਦਾ ਕੋਈ ਸਾਡੀ ਪੰਚਾਇਤ ਚੋਂ ਕਿਸੇ ਮੈਂਬਰ ਨੇ ਵੀ ਕੋਈ ਕੰਮ ਰੋਕਿਆ ਨਹੀਂ ਸਗੰਦੀ ਸਹਿਯੋਗ ਪੂਰਾ ਦੇ ਰਹੇ ਆ ਇਕ ਤਾਂ ਪੰਜ ਤਾਂ ਗਲੀਆਂ ਅਸੀਂ ਇੰਟਰਲੌਕ ਨਾਲ ਬਣਾ ਚੁੱਕੇ ਆ ਸਾਰੀਆਂ ਫਿਰ ਕੂੜੇ ਵਾਲੇ ਡੰਪ ਸਾਡੇ ਬਣੇ ਆ ਜੀ ਉਹ ਵੀ ਅਸੀਂ ਸਾਡੇ ਤਿਆਰ ਹੋਣ ਵਾਲੇ ਇੱਕ ਮਿੰਟ ਸਰਪੰਚ ਸਾਹਿਬ ਤੁਹਾਡੇ ਵਿਕਾਸ ਕੰਮਾਂ ਦੀ ਵੀ ਗੱਲਬਾਤ ਕਰਦੇ ਪਹਿਲਾਂ ਜਿਹੜਾ ਤੁਹਾਡੇ ਨਵੀਂ ਦਿੱਲੀ ਦੀ ਉਹ ਗੱਲਬਾਤ ਕਰ ਲਈਏ ਤੇ ਬੀਬੀ ਬਲਜਿੰਦਰ ਕੌਰ ਜਿਸ ਤਰ੍ਹਾਂ ਪਿੰਡ ਨਵਾਂ ਡੱਲਾ ਤੁਹਾਡਾ ਇਹ ਤੁਹਾਡਾ ਹੀ ਪਰਿਵਾਰਿਕ ਭਾਈਚਾਰੇ ਦੇ ਨਾਲ ਵਸਿਆ ਹੋਇਆ ਤੇ ਫਿਰ ਵੀ ਇੱਥੇ ਪਾਰਟੀਬਾਜ਼ੀ ਹੈ ਤੇ ਜਦੋਂ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਹੁੰਦੀਆਂ ਨੇ ਉਦੋਂ ਦਾ ਮਾਹੌਲ ਦੱਸੋ ਤੇ ਚੋਣਾਂ ਤੋਂ ਬਾਅਦ ਦਾ ਵੀ ਕੀ ਮਾਹੌਲ ਹੁੰਦਾ ਉਹ ਵੀ ਦੱਸੋ ਹਾਂਜੀ ਜੀ ਜਦੋਂ ਆਪਾਂ ਨੂੰ ਮਤਲਬ ਚੋਣਾਂ ਹੋਣੀਆਂ ਸੀ ਉਦੋਂ ਵੀ ਅਸੀਂ ਇਹੀ ਹੱਥ ਜੋੜਦੇ ਸੀ ਵੀ ਜੀ ਨੇ ਵੋਟ ਪਾਉਣੀਆਂ ਵੋਟ ਦਾ ਅਧਿਕਾਰ ਹੈਗਾ ਵੋਟ ਪਾਉਣ ਵਾਲੇ ਨੂੰ ਪਾ ਸਕਦਾ ਜਿੱਧਰ ਮਰਜੀ ਪਰ ਵੀ ਇੱਕ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਰੌਲਾ ਨਹੀਂ ਪਾਉਣਾ ਉੱਜੜ ਵਾਲੀ ਨਹੀਂ ਕਰਨੀ ਤੇ ਵੀ ਆਪਦੇ ਸਹੀ ਤਰੀਕੇ ਨਾਲ ਵੋਟ ਪਾਓ ਕੋਈ ਐਸੀ ਰੌਲੇ ਦਾ ਮਾਹੌਲ ਨਹੀਂ ਕਰਨਾ ਜਿੱਤਣ ਹਾਰਨ ਦਾ ਬਣਿਆ ਹੀ ਹੋਇਆ ਜੀ ਇੱਕ ਨੇਤਾ ਵੀ ਡਿੱਗਣਾ ਹੀ ਆ ਇੱਕ ਨੇ ਨਹੀਂ ਚੜਨਾ ਵਾ ਜੀ ਤੇ ਸਾਡੀ ਵੀ ਮਤਭਲ ਪ੍ਰਮਾਤਮਾ ਵੱਲੋਂ ਹੀ ਜਿਵੇਂ ਵੀ ਸਾਡੀ ਸੋਚ ਸੀ ਸਾਨੂੰ ਪ੍ਰਮਾਤਮਾ ਨੇ ਉਦੋਂ ਦੁਗਣੀ ਸੋਚ ਸਾਨੂੰ ਸਾਡੀ ਸੋਚ ਵਧਿਆ ਕਰਤੀ ਇਹ ਸਰਪੰਚ ਬਣਨ ਨਾਲ ਸਾਨੂੰ ਸਾਰੇ ਬਾਰੇ ਪਤਾ ਵੀ ਲੱਗ ਚਾਨਣ ਵੀ ਹੋ ਗਿਆ ਕਿ ਇਸ ਲੋਟ ਆਪਾਂ ਕਿਸੇ ਬੰਦੇ ਨਾਲ ਗੱਲ ਕਰਨੀ ਆ ਕਿ ਇਸ ਲੋਟ ਕਿਹੜੇ ਅਗ ਮਸਲੇ ਨੂੰ ਹੱਲ ਕਰਨਾ ਕਿਵੇਂ ਆਪਾਂ ਕੰਮਕਾਰ ਕਰਨਾ ਪਰ ਵੀ ਮੈਨੂੰ ਇਹੀ ਆ ਵੀ ਜੇ ਮੈਨੂੰ ਸਰਪੰਚ ਚੁਣਿਆ ਵਾ ਪਿੰਡ ਦੇ ਆਨੇ ਵੀ ਜੋ ਵੀ ਕੰਮ ਵੀ ਅਗਲੇ ਸਰਪੰਚਾਂ ਤੋਂ ਨਹੀਂ ਹੋਏ ਮੈਂ ਉਦੋਂ ਦੁੱਗਣੇ ਕੰਮ ਕਰਾਂ ਤੇ ਵੀ ਮੈਨੂੰ ਹੌਸਲਾ ਹੋਵੇ ਫਿਰ ਮੈਂ ਵੀ ਬਿਬੀ ਜੀ ਕਿ ਚਾਹਨਾ ਹੋਰ ਪਾਉ ਜੀ ਸਾ ਤੁਸੀਂ ਹੁਣ ਗੱਲ ਕਰੀ ਹੈ ਨਾ ਆਪਾਂ ਨੂੰ ਜਾਣਕਾਰੀ ਹੁੰਦੀ ਹੈ ਵੀ ਅਸੀਂ ਕੰਮ ਕਿਸ ਤਰ੍ਹਾਂ ਕਰਨਾ ਹੈ ਤੇ ਹੁਣ ਇਹ ਦੱਸੋ ਕਿ ਤੁਹਾਡੇ ਪਿੰਡ ਨਵਾਂ ਡੱਲਾ ਦੀ ਪੰਚਾਇਤੀ ਜ਼ਮੀਨ ਕਿੰਨੀ ਆ ਰੂਲਸ ਤੋਂ ਆਮਦਨ ਕਿੰਨੀ ਹੈ ਜੀ ਪੰਚਾਇਤੀ ਜ਼ਮੀਨ ਤਾਂ ਨਵੇਂ ਡੱਲੇ ਚ ਹੈ ਨਹੀਂ ਜੀ ਅਸੀਂ ਜੋ ਵੀ ਖਰਚਾ ਆਪਦੇ ਪੱਲਿਓਂ ਕਰਦੇ ਆਂ ਵੀ ਜੋ ਗ੍ਰਾਂਟ ਆਉਂਦੀ ਆ ਜਿਵੇਂ ਵੀ ਆਪਣੀ ਸੈਂਟਰ ਗਵਰਨਮੈਂਟ ਨੇ ਦਿੱਤੀ ਆ ਉਹ ਕਿਉਂਕਿ ਨਰੇਗਾ ਚ ਜਾਂ ਸਿੱਧੀ ਆਉਂਦੀ ਆ ਸਾਡੇ ਕੋਲੇ ਕੁਝ ਨਹੀਂ ਆਇਆ ਜੋ ਵੀ ਹੈ ਗ੍ਰਾਂਟ ਦੇ ਸਿਰਤੇ ਆ ਤੇ ਵੀ ਹੋਰ ਕੁਛ ਨਹੀਂ ਹੈਗਾ ਜੀ ਸੀ ਗਰਾਂਟ ਨਹੀਂ ਜੋ ਕਰਨਾ ਗਰਾਂਟ ਨਹੀਂ ਕਰਨ ਜੀ ਦਰਸ਼ਕਾਂ ਨਾਲ ਇਥੇ ਇੱਕ ਵਿਚਾਰ ਹੋਰ ਸਾਂਝਾ ਕਰਨਾ ਚਾਹਾਂਗੇ ਪਿੰਡ ਨਵਾਂ ਡੱਲਾ ਤੋਂ ਪਹਿਲਾਂ ਅਸੀਂ ਗਏ ਪਿੰਡ ਡੱਲਾ ਦੇ ਵਿੱਚ ਔਰ ਪਿੰਡ ਡੱਲਾ ਤੋਂ ਪਹਿਲਾਂ ਪਹੁੰਚੇ ਅਸੀਂ ਪਿੰਡ ਅਖਾੜਾ ਦੇ ਵਿੱਚ ਅਖਾੜਾ ਪਿੰਡ ਵੀ ਪਿੰਡ ਜਗਰਾਉਂਦਾ ਜੇਕਰ ਗੱਲ ਕਰੀ ਤੇ ਪੰਚਾਇਤੀ ਜ਼ਮੀਨ ਦੀ ਨਾ ਤੇ ਪੰਚਾਇਤੀ ਜ਼ਮੀਨ ਪਿੰਡ ਡੱਲਾ ਵਿੱਚ ਆ ਔਰ ਨਾ ਹੀ ਪੰਚਾਇਤੀ ਜ਼ਮੀਨ ਪਿੰਡ ਨਵਾਂ ਡੱਲਾ ਵਿੱਚ ਆ ਪਰ ਜਗਰਾਉਂ ਦੇ ਪਿੰਡ ਅਖਾੜਾ ਉੱਥੇ ਜੋ ਪੰਚਾਇਤੀ ਜ਼ਮੀਨ ਆ ਉਸ ਦੀ ਜੋ ਆਮਦਨ ਹੈ ਕਰੀਬ 15 ਤੋਂ 20 ਲੱਖ ਰੁਪਏ ਪਰ ਜਦੋਂ ਅਖਾੜਾ ਪਿੰਡ ਨੂੰ ਨਿਕਲ ਕੇ ਆਪਾਂ ਡੱਲਾ ਔਰ ਨਵਾਂ ਡੱਲਾ ਵੀ ਚਾਣਦੇ ਆ ਤਾਂ ਇੰਜ ਜਾਪਦਾ ਆ ਜਿਵੇਂ ਇਹਨਾਂ ਦੋਨਾਂ ਪਿੰਡਾਂ ਕੋਲ ਪੰਚਾਇਤੀ ਜ਼ਮੀਨ ਹੁੰਦੀ ਹੈ ਕਿਉਂਕਿ ਇਹ ਪਿੰਡ ਵਿਕਾਸ ਪੱਖੋਂ A1 ਨੇ ਇੱਥੇ ਦੇ ਜੋ ਕੰਮਕਾਰ ਨੇ ਉਹ A1 ਨੇ ਔਰ ਬੜਾ ਹੀ ਇੱਕ ਸਵਾਲੀਆ ਨਿਸ਼ਾਨ ਪਿੰਡ ਡੱਲਾ ਦੇ ਵਿੱਚ ਔਰ ਨਵਾਂ ਡੱਲਾ ਦੇ ਵਿੱਚ ਆ ਕੇ ਦਿਮਾਗ ਵਿੱਚ ਘੁੰਮਦਾ ਆ ਕਿ ਪਿੰਡ ਅਖਾੜਾ ਦੇ ਵਿੱਚ ਜਿਹੜੀਆਂ ਸਾਬਕਾ ਪੰਚਾਇਤਾਂ ਨੇ ਮੌਜੂਦਾ ਪੰਚਾਇਤ ਦੇ ਮੋਢੇ ਨਾਲ ਮੋਢਾ ਲਾ ਕੇ ਉਸ ਨੂੰ ਵਿਕਾਸ ਕੰਮ ਬਾਰੇ ਜਾਣਕਾਰੀ ਦੇ ਰਹੀਆਂ ਨੇ ਪਰ ਕੀ ਪਿਛਲੀਆਂ ਸਾਬਕਾ ਪੰਚਾਇਤਾਂ ਨੇ ਵੀ ਪਿੰਡ ਅਖਾੜਾ ਦਾ ਵਿਕਾਸ ਕੰਮ ਨਹੀਂ ਕੀਤਾ ਯਾ ਫਿਰ ਮੌਜੂਦਾ ਸਰਪੰਚ ਵੀ ਆਪਣੇ ਵਿਕਾਸ ਕੰਮਾਂ ਦੇ ਵਿੱਚ ਇਸ ਸਮੇਂ ਜ਼ੀਰੋ ਹੈ ਔਰ ਜੇਕਰ ਅਪਾ ਗੱਲ ਕਰੀਏ ਪਿੰਡ ਨਵਾਂ ਡੱਲਾ ਦੀ ਔਰ ਪਿੰਡ ਅਖਾੜਾ ਦੀ ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਪਿੰਡ ਨਵਾਂ ਡੱਲਾ ਦੇ ਵਿੱਚ ਹੁਣ ਬੀਬੀ ਬਲਜਿੰਦਰ ਕੌਰ ਜੀ ਪੰਜਵੇਂ ਸਰਪੰਚ ਨੇ ਪਰ ਪਿੰਡ ਦੇ ਜੋ ਵਿਕਾਸ ਕੰਮ ਨੇ ਉਹ ਮੂੰਹੋਂ ਬੋਲਦੇ ਨੇ ਔਰ ਪਿੰਡ ਅਖਾੜਾ ਜਿੱਥੇ ਪੰਚਾਇਤੀ ਆਮਦਨ ਵੀ ਹੈ ਔਰ ਜਿੱਥੇ ਮੌਜੂਦਾ ਸਰਪੰਚ ਨੂੰ ਸਾਫਕਾ ਚਾਰ ਪੰਚਾਇਤਾਂ ਸੇ ਜੋ ਕਰਦੀਆਂ ਨੇ ਉੱਥੋਂ ਦੇ ਵਿਕਾਸ ਕੰਮ ਦੇਖਿਆ ਜਾਵੇ ਤਾਂ ਇੱਕ ਸਵਾਲੀਆ ਨਿਸ਼ਾਨ ਪੈਦਾ ਕਰਦੇ ਨੇ ਕਿ ਪਿੰਡ ਅਖਾੜਾ ਦੀ ਪੰਚਾਇਤੀ ਜ਼ਮੀਨ ਦੀ ਆਮਦਨ ਕਿੱਥੇ ਲੱਗਦੀ ਹੈ ਆਓ ਆਪਾਂ ਗੱਲਬਾਤ ਕਰੀਏ ਪਿੰਡ ਨਵਾਂ ਡੱਲਾ ਦੇ ਬਾਰੇ ਗੁਰਦੀਪ ਜੀ ਜੇਕਰ ਆਪਾਂ ਗੱਲ ਕਰੀਏ ਪਿੰਡ ਨਵਾਂ ਡੱਲਾ ਦੇ ਸਬੰਧ ਵਿੱਚ ਹੁਣ ਇਹ ਚੰਨਣਾ ਪਾਓ ਜਦੋਂ ਬੀਬੀ ਜੀ ਨੂੰ ਵੋਟਾਂ ਦੇ ਰਾਹੀਂ ਸਰਪੰਚ ਬਣਾਇਆ ਪਰ ਬੀਬੀ ਜੀ ਦੇ ਸਰਪੰਚ ਬਣਨ ਤੋਂ ਪਹਿਲਾਂ ਤੁਸੀਂ ਆਪਣੇ ਸਾਨੂੰ ਬਾਹਰ ਚਾਹ ਦਾ ਕਪ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਸੀ ਕਿ ਸਾਪ ਦਾ ਸਰਪੰਚ ਨੇ ਜੋ ਉਹ ਤੁਹਾਡੇ ਹੀ ਚਾਚਾ ਜੀ ਦੇ ਬੇਟੇ ਨੇ ਤੇ ਜਦੋਂ ਬੀਬੀ ਜੀ ਨੂੰ ਸਰਪੰਚ ਦਾ ਹੀ ਉਹਦਾ ਮਿਲਿਆ ਹਾਂਜੀ ਤੇ ਸਾਪਕਾ ਪੰਚਾਇਤ ਨੇ ਹਾਂਜੀ ਬੀਬੀ ਜੀ ਦੇ ਖਾਤੇ ਵਿੱਚ ਕਿੰਨੀ ਰਕਮ ਛੱਡੀ ਉਹ ਜੀ ਤਕਰੀਬਨ ਉਸ 15-20 ਕੁ ਹਜ਼ਾਰ ਰੁਪਈਆ ਬਕਾਇਆ ਸੀਗਾ ਹਾਂਜੀ ਉਹ ਵੀ ਇੱਕ ਪੈਂਡੈਂਟ ਪਿਆ ਸੀਗਾ ਕੁਝ ਇਟਾ-ਉਟਾਂ ਦਾ ਬੈਲੈਂਸ ਪਿਆ ਸੀ ਉਹ ਕਰਕੇ ਅਸੀਂ ਉਸ ਨੂੰ ਬਾਅਦ ਨਾਲ ਹੀ ਉੱਥੋਂ ਕੰਮ ਚਲਾ ਲਿਆ ਕੋਈ ਸਾਡਾ ਪਿਛਲਾ ਕਪੜਾ ਨਹੀਂ ਨਿਕਲਿਆ ਬਹੁਤ ਵਧੀਆ ਇੱਕ ਸਾਰ ਸਾਨੂੰ ਸਾਡੇ ਅਸਮੇਂ ਨਾਲ ਇਸ ਗੱਲ 'ਚ ਤੁਹਾਨੂੰ ਮੈਂ ਇੱਕ ਗੱਲ ਕਹਿਣ ਚਾਹਾਂ ਤੂੰ ਹੈਜ਼ਕ ਨਹੀਂ ਕਰਾਂਗਾ ਸਾਨੂੰ ਨਰਮਲ ਸਿੰਘ ਤਖਤੂਪੁਰੇ ਵਾਲਾ ਸੈਕਟਰੀ ਬੜਾ ਵਧੀਆ ਮਿਲਿਆ ਜੀ ਉਹਦਾ ਰਿਕਾਰਡ ਜਿੱਥੇ ਮਰਜੀ ਚੈੱਕ ਕਰਾ ਲੈਣ ਉਹ ਪਹਿਲਾਂ ਗਲਤ ਕੰਮ ਕਰਦਾ ਹੀ ਨਹੀਂ ਜੇ ਉਹਨੇ ਜਿੰਨਾ ਕੰਮ ਕਰਨਾ ਉਹਨੇ ਉਨਾ ਕੀ ਕਰਨਾ ਨਾ ਤਾਂ ਉਹਨੇ ਇੱਟ ਮਾੜੀ ਲੱਗਣ ਨੂੰ ਕਹਿਣਾ ਨਾ ਕਿਸੇ ਪਿਛਲੀਆਂ ਪੰਚਾਇਤਾਂ ਚ ਵੀ ਜਾਂ ਹੁਣ ਵੀ ਅਸੀਂ ਜਿੰਨੇ ਵੀ ਕੰਮ ਕਰਿਆ ਨਾ ਤਾਂ ਮਾੜਾ ਮਟੀਰੀਅਲ ਆਇਆ ਤੇ ਨਾ ਮਾੜਾ ਕੋਈ ਇੱਟ ਲਾਈ ਆ ਇੰਟਰਲੌਕ ਵੀ ਜਿੰਨੀ ਲਾਈ ਆ ਅਸੀਂ ਪੂਰੀ ਵਧੀਆ ਇਹ ਬੰਨ ਲਾ ਕੇ ਲਾਏ ਆ ਜੇ ਬੇਸ਼ੱਕ ਸਾਥੋਂ ਕੰਮ ਥੋੜਾ ਥੋੜਾ ਕਈ ਸੈਕਟਰਾਂ 'ਚ ਕਰਿਆ ਸੀ ਯਾਨੀ ਪੂਰਾ ਵਧੀਆ ਕਰਿਆ ਹਲਕਾ ਜਿਗਰਾਉਂਡ ਦੇ ਵਿੱਚ ਪਿੰਡ ਨਵਾਂ ਡੱਲਾ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਹੈ ਪਿੰਡ ਨਵਾਂ ਡੱਲਾ ਦੀ ਪੰਜਵੀਂ ਪੰਚਾਇਤ ਹੈ ਔਰ ਜਿਸ ਤਰ੍ਹਾਂ ਸਰਦਾਰ ਗੁਰਦੀਪ ਸਿੰਘ ਜੀ ਨੇ ਦੱਸਿਆ ਕਿ ਨਿਰਮਲ ਸਿੰਘ ਤਤੂਪੁਰਾ ਜੋਨੇ ਉਹ ਇਹਨਾਂ ਦੇ ਪਿੰਡ ਦੇ ਸੈਕਟਰੀ ਨੇ ਬੀਬੀ ਜੀ ਨੂੰ ਕਮਾਕਾਰਾਂ ਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਕਰ ਰਹੇ ਨੇ ਔਰ ਸਭ ਤੋਂ ਵੱਡੀ ਖੂਬੀ ਉਹਨਾਂ ਦੀ ਇਹ ਹੈ ਕਿ ਆਪਣੇ ਪੰਜਵੀਂ ਪੰਚਾਇਤੀ ਨੇ ਪਿਛਲੀਆਂ ਚਾਰ ਪੰਚਾਇਤਾਂ ਦੇ ਵੀ ਉਹੀ ਸੈਕਟਰੀ ਰਹੇ ਨੇ ਜੇਕਰ ਸਾਰੇ ਪਿੰਡਾਂ ਨੂੰ ਸਰਦਾਰ ਨਿਰਮਲ ਸਿੰਘ ਤਖਤੂਪੂਰਾ ਵਰਗੇ ਸੈਕਟਰੀ ਮਿਲ ਜਾਣ ਤਾਂ ਉਹਨਾਂ ਪਿੰਡਾਂ ਦੇ ਜਿਹੜੇ ਸਰਪੰਚ ਭਾਈਚਾਰਾ ਉਹਨਾਂ ਦੇ ਕੰਮਕਾਰ ਇਸੇ ਪ੍ਰਕਾਰ ਆਸਾਨ ਹੋ ਜਾਣਗੇ ਜਿਸ ਤਰ੍ਹਾਂ ਪਿੰਡ ਨਵਾਂ ਡੱਲਾ ਦੀ ਪੰਚਾਇਤ ਦੇ ਹੋ ਰਹੇ ਨੇ ਤੇ ਜੇਕਰ ਆਪਾਂ ਗੱਲ ਕਰੀਏ ਉਸ ਸਮੇਂ ਦੀ ਜਦੋਂ ਤੁਹਾਡੇ ਚਾਚਾ ਜੀ ਦੇ ਬੇਟੇ ਸਾਪਕਾ ਸਰਪੰਚ ਜਿਨ੍ਹਾਂ ਦਾ ਕਾਰਜਕਾਲ ਸੀ ਹੈ ਨਾ ਜੀ ਤੇ ਪਰ ਭਾਵੇਂ ਤੁਸੀਂ ਪਰਿਵਾਰਿਕ ਰਿਸ਼ਤੇ ਆ ਤੁਹਾਡੇ ਹਾਂਜੀ ਔਰ ਪਿੰਡ ਦੇ ਵਿੱਚ ਇਹ ਲਗਾਓ ਗਿਲੇ ਸ਼ਿਕਵੇ ਬਹੁਤ ਘਟ ਨੇ ਹਾਂਜੀ ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਪਿੰਡ ਦੀ ਗੱਲ ਆਉਂਦੀ ਹੈ ਤੇ ਜਦੋਂ ਆਪਾਂ ਸਰਪੰਚ ਨਹੀਂ ਹੁੰਦੇ ਹਾਂਜੀ ਤੁਹਾਨੂੰ ਉਦਾਹਰਨ ਮੈਂ ਉਹਨਾਂ ਸਰਪੰਚ ਭਾਈ ਚਾਰੇ ਵਾਂਗੀ ਦਿੰਨੀ ਹੈ ਜਿਸ ਤਰ੍ਹਾਂ ਉਹਨਾਂ ਨਾਲ ਗੱਲ ਕਰੀ ਦੀ ਜਦੋਂ ਆਪਾਂ ਫੁੱਟਬਾਲ ਦੀ ਖੇਡ ਨਹੀਂ ਦੇਖ ਰਹੇ ਹੁੰਦੇ ਆਪਾਂ ਐਜ਼ ਏ ਦਰਸ਼ਕ ਗਰਾਊਂਡ ਵਿੱਚ ਬੈਠੇ ਹੁੰਨੇ ਆ ਤਾਂ ਆਪਾਂ ਨੂੰ ਲੱਗਦਾ ਹੈ ਕਿ ਜਿਹੜਾ ਗੋਲ ਕੀਪਰ ਹੈ ਯਾ ਜਿਹਨੇ ਗੋਲ ਕਰਨਾ ਹੈ ਉਹ ਵਧੀਆ ਨਹੀਂ ਖੇਡ ਰਿਹਾ ਹੈ ਜਦੋਂ ਆਪਾਂ ਗਰਾਊਂਡ ਵਿੱਚ ਉਤਰਦੇ ਆਂ ਫਿਰ ਪਤਾ ਲੱਗਦਾ ਕਿ ਗੋਲ ਕਿੱਦਾਂ ਰੋਕਿਆ ਜਾਂਦਾ ਕਿੱਦਾਂ ਕੀਤਾ ਜਾਂਦਾ ਹੁਣ ਬੀਬੀ ਬਲਜਿੰਦਰ ਕੌਰ ਜੀ ਆਪਣੇ ਪਿੰਡ ਦੀ ਸਰਪੰਚ ਨੇ ਕਹਿਣ ਤੋਂ ਪਹਿਲ ਹੁਣ ਇਹ ਗਰਾਊਂਡ ਵਿੱਚ ਉਤਰੇ ਹੋਏ ਨੇ ਤੇ ਹੁਣ ਬੀਬੀ ਜੀ ਕਿਹੜੇ ਕਿਹੜੇ ਉਹ ਕੰਮ ਕਰਵਾ ਰਹੇ ਨੇ ਜਿਹੜੀ ਸਾਬਕਾ ਪੰਚਾਇਤ ਨੇ ਨਹੀਂ ਕਰਵਾਈ ਸਾਬਕਾ ਪੰਚਾਇਤ ਵੇਲੇ ਜੀ ਗ੍ਰੈਂਟਾਂ ਦੋ ਆਈਆਂ ਉਹ ਵੀ ਮੈਂ ਨਾਲ ਹੀ ਹੁੰਦਾ ਸੀ ਸਰਕਲ ਇਅਰ ਤੋਂ ਲਿਆਏ ਆਂ ਸੀ ਸੋਲਰ ਲਾਈਟਾਂ ਲਾਈਆਂ ਉਹਨੂੰ 3,70,000 ਦਾ ਚੈੱਕ ਸਾਨੂੰ ਸੋਲਰ ਲਾਈਟਾਂ ਨੂੰ ਮਿਲਿਆ ਸੀ ਉਹ ਵੀ ਮੈਂ ਸਤਨਾਮ ਸਿੰਘ ਸਾਫ ਦਾ ਸਰਪੰਚ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹ ਨਾਲ ਪੰਚਾਇਤ ਮੈਂਬਰ ਵੀ ਹੈ ਨਹੀਂ ਸੀ ਮੈਂ ਉਦੋਂ ਤੋਂ ਮੇਰਾ ਸਹਿਚਾਰ ਅਕਲੀਰ ਸਾਹਿਬ ਨਾਲ ਹੈਗਾ ਉਦੋਂ ਤੋਂ ਉਹਨਾਂ ਨੂੰ ਇੱਕ ਦੋ ਗ੍ਰਾਂਟਾਂ ਦਵਾ ਕੇ ਲਿਆਂਦੀਆਂ ਇੱਕ 3 ਲੱਖ ਦਾ ਪਹਿਲਾਂ ਚੈੱਕ ਦਵਾਇਆ ਜਾਨੀ ਤਕਰੀਬਨ ਪਿਛਲੀ ਪੰਚਾਇਤ ਵੇਲੇ 12-13 ਲੱਖ ਰੁਪਈਆ ਸਾਨੂੰ ਕਲੀਰ ਸਾਹਿਬ ਤੋਂ ਮਿਲਿਆ ਤੇ ਜਿਹੜਾ ਹੁਣ ਅਸੀਂ ਕੰਮ ਕਰਾਇਆ ਹੁਣ ਇਹ ਮੈਂ ਧੰਨਵਾਦ ਇੱਥੇ ਜਿਵੇਂ ਤਖਤੂਪੁਰੇ ਵਾਲੇ ਨਰਮਨ ਸਿੰਘ ਦਾ ਵੀ ਕਰਨਾ ਇੱਥੇ ਨਾਲ ਹੀ ਸਾਡੇ ਸੈਕਟਰੀ ਨਰੇ ਮਨਰੇਗਾ ਦੇ ਸੈਕਟਰੀ ਸਸਮਾ ਮੈਡਮ ਬੀਡੀਪੀਓ ਮਨਰੇਗਾ ਵਾਲੇ ਸਾਰੇ ਮੁਲਾਜ਼ਮਾਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਨੂੰ ਗ੍ਰਾਂਟ ਨਾ ਆਉਣ ਦੇ ਬਾਵਜੂਦ ਵੀ ਮਨਰੇਗਾ ਚ ਸਾਡੀਆਂ 20 ਪੰਜ ਪਵਾਈਆਂ ਜੀ ਹਾਂਜੀ ਤੇ ਪੰਜ ਵਿਹਾਂ ਪੱਕੀਆਂ ਇੰਟਰਲੌਕ ਕਰਾਇਆ ਤੇ ਇੱਕ ਪਾਰਕਿੰਗ ਮਨਜ਼ੂਰ ਕਰਾਈ ਇੱਕ ਕੂੜੇ ਵਾਲੇ ਡੰਪ ਜੀ 7 ਡੰਪ ਮਨਜ਼ੂਰ ਕਰਾਏ ਉਹਨਾਂ ਦਾ ਖਰਚਾ ਜਿਹੜਾ ਘਟੋ ਘਟ 7 ਲੱਖ ਦਾ ਉਹਦਾ ਵਾ 5 ਲੱਖ ਪਾਰ ਕਦਾ 12-13 ਲੱਖ ਰੁਪਈਆ ਸਾਡਾ ਗੜਾਂ ਨਾਲੀਆਂ ਦਾ ਗੁਰਦੀਪ ਜੀ ਜਿਸ ਤਰ੍ਹਾਂ ਤੁਸੀਂ ਮਿਸਟਰ ਕਲੇਰ ਜੀ ਦੀ ਗੱਲ ਕੀਤੀ ਹੈ ਤੇ ਇਸ ਜਿਹਾਪਦਾਇਆ ਕਿ ਜਿਸ ਤਰ੍ਹਾਂ ਸਾਬਕਾ ਐਮਐਲਏ ਸਰਦਾਰ ਭਾਕ ਸਿੰਘ ਮੱਲਾ ਜੀ ਦੇ ਸਮੇਂ ਦੇ ਹੀ ਤੁਸੀਂ ਅਕਾਲੀ ਪਾਰਟ ਨਾਲ ਜੁੜੇ ਹੋਏ ਹੋ ਹਾਂਜੀ ਹਾਂਜੀ ਬਹੁਤ ਪੁਰਾਣਾ ਕਲੇਰ ਸਾਹਿਬ ਤਾਂ ਬਾਤ ਚ ਵੀ ਆਇਆ ਪਹਿਲੇ ਪਾਗ ਸੇ ਮੱਲਾ ਜੀ ਜਾਂਦੇ ਸੀ ਉਸ ਤੋਂ ਪਹਿਲਾਂ ਮੇਰੇ ਸਾਡੇ ਗਵੰਡੀ ਸਰਦਾਰ ਬਾਦਰ ਰੰਗ ਚਾਚਾ ਜੀ ਸਰਪੰਚ ਸੀ ਉਹਨਾਂ ਦੇ ਨਾਲ ਸਾਡੀ ਜਾਣੀ ਆਉਣੀ ਹੁੰਦੀ ਸੀ ਉਹਨੂੰ ਕਲੇ ਮੱਲਾ ਸਾਹਿਬ ਦੇ ਘਰ ਵੀ ਜਾਂਦੇ ਰਹੇ ਪਾਰਟੀਆਂ ਤੇ ਵੀ ਮੀਟਿੰਗਾਂ ਵੀ ਅਟੈਂਡ ਕਰਦੇ ਆ ਉਦੋਂ ਤੋਂ ਜਾਨੀ ਲਿੰਕ ਸਾਡੇ ਕਾਲੀਦਾਲ ਨਾਲ ਉਹਨਾਂ ਦਾ ਵੀ ਸੁਭਾਅ ਬਹੁਤ ਵਧੀਆ ਸੀਗਾ ਜਾਨੀ ਵਧੀਆ ਵਿਚਰਦੇ ਰਹੇ ਆ ਪਰਿਵਾਰ ਕਰ ਰਿਸ਼ਤਾ ਬਣਿਆ ਪਿਆ ਸਾਡਾ ਹਾਂਜੀ ਤੇ ਗੁਰਦੀਪ ਜੀ ਆਪਾਂ ਹੁਣ ਗੱਲ ਕਰਦੇ ਆ ਥੋੜੀ ਜਿਹੀ ਪਾਰਟੀਬਾਜੀ ਤੋਂ ਉੱਠ ਕੇ ਕਿਉਂਕਿ ਜਦੋਂ ਕੋਈ ਇਨਸਾਨ ਆਪਣੇ ਪਿੰਡ ਦਾ ਸਰਪੰਚ ਬਣ ਜਾਂਦਾ ਤਾਂ ਪਾਰਟੀਬਾਜੀ ਜਿਹੜੀ ਆ ਉਹਦੇ ਲਈ ਮੁੱਖ ਨਹੀਂ ਹੁੰਦੀ ਮੁੱਖ ਹੁੰਦਾ ਆਪਣੇ ਪਿੰਡ ਦੇ ਵਿਕਾਸ ਦਾ ਔਰ ਜੇਕਰ ਆਪਾਂ ਪਿੰਡ ਦੀ ਭਾਸ਼ਾ ਵਿੱਚ ਗੱਲ ਕਰੀਏ ਤਾਂ ਦੇਖਿਆ ਜਾਵੇ ਸਰਕਾਰ ਜਿਹੜੀ ਹੈ ਨਾ ਪਿੰਡ ਦੀ ਭਾਸ਼ਾ ਵਿੱਚ ਗੱਲ ਕਰਦੇ ਆ ਹੋ ਸਕਦਾ ਸਾਡੀ ਸਰਕਾਰ ਨੂੰ ਇਹ ਸ਼ਬਦ ਥੋੜੀ ਅਜੀਬ ਲੱਗਦੇ ਹੋਣ ਲੱਗਣ ਪਰ ਜਿਹੜੀ ਸਰਕਾਰ ਹੁੰਦੀ ਹੈ ਇਹ ਇੱਕ ਮੈਸ ਹੁੰਦੀ ਹੈ ਜਿਸ ਤੋਂ ਅਸੀਂ ਦੁੱਧ ਵੀ ਲੈਣਾ ਹੈ ਤੇ ਉਹਦੀਆਂ ਪਾਰਥੀਆਂ ਤੋਂ ਵੀ ਘੱਮ ਲੈਣਾ ਸੋ ਇਹ ਦੱਸੋ ਕਿ ਜਿੱਕਰ ਆਪਾਂ ਗੱਲ ਕਰੀਏ ਤੁਹਾਡੇ ਮੌਜੂਦਾ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਨੁਕੇ ਦੀ ਉਹਨਾਂ ਨੇ ਤੁਹਾਡੇ ਪਿੰਡ ਦੇ ਵਿਕਾਸ ਕੰਮ ਲਈ ਕੀ ਦਿੱਤਾ ਉਹਨਾਂ ਨੇ ਵਿਕਾਸ ਕੰਮ ਤਾਂ ਲਈ ਦਾ ਕੀ ਦੇਣਾ ਜੀ ਦਰਸ਼ਨ ਵੀ ਨਹੀਂ ਪਾਏ ਜਿਹੜੇ ਘਰਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਦੇ ਖੁਸ਼ੀ ਗਮੀਚ ਨਹੀਂ ਆਏ ਇਹ ਵੀ ਮੈਂ ਹੁਣ ਆਉ ਤਾਂ ਕਹਿ ਰਿਹਾ ਮੈਂ ਪਰਸੋਂ ਸੀ ਇੱਥੇ ਜਗ੍ਹਾ ਤੇ ਮੋੜ ਤੇ ਖੜੇ ਸੀ ਜਿਹੜੇ ਉਹਨਾਂ ਦਾ ਪੂਰਾ ਸਾਥ ਦਿੱਤਾ ਜਿਨ੍ਹਾਂ ਨੇ ਸਾਰੇ ਪਰਿਵਾਰਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਗਲਾਸ਼ਾਂਕ ਬਾ ਇਹ ਕਰਿਆ ਜਿੱਦੇ ਕਲੇਰ ਸਾਹਿਬ ਸਾਡੇ ਘਰੇ ਆ ਕੇ ਗਏ ਆ ਉਦੋਂ ਕਹਿੰਦੇ ਜਿਵੇਂ ਕਲੇਰ ਆ ਕੇ ਤੇਰੇ ਕੋਲੇ ਹਫਤੇ ਦਾ 10 ਦਿਨ ਬਾਅਦ ਆਉਂਦਾ ਰਹਿੰਦਾ ਕਲੇਰ ਸਾਹਿਬ ਆਉਂਦੇ ਆ ਵੀ ਸਰਬਜੀਤ ਕੌਰ ਮਾਣੂ ਕਹਿੰਦੇ ਵੀ ਪਿੰਡ ਚ ਜ्यों ਵੋਟਾਂ ਪਵਾ ਲਈਆਂ ਇੱਕ ਅੱਧੀ ਵਾਰ ਆਏ ਆ ਉਦੋਂ ਵਾਰ ਵੀ ਉਸ ਆਪਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਵਿਚਰੇ ਜੱਜਨ ਜੀ ਤੇ ਇੱਕ ਵਾਰੀ ਉਹਨਾਂ ਨੇ ਸਾਨੂੰ ਪੰਚਾਇਤ ਨੂੰ ਸੱਦਿਆ ਸੀਗਾ ਵੀ ਛੋਟੇ ਛੋਟਾ ਪਿੰਡ ਆ ਸੀਵਰੇਜ ਪਾਉਣਾ ਸੀਵਰੇਜ ਪਾਉਣ ਦੇ ਕਾਰਨ ਵੀ ਵੀ ਛੋਟਾ ਪਹਿਲਾ ਪਿੰਡ ਮੈਂ ਸਿਲੈਕਟ ਕਰਨਾ ਅਸੀਂ ਸਾਰਾ ਕੁਝ ਕਰਿਆ ਉਹਦਾ ਐਸਟੀਮੇਟ ਵੀ ਲਵਾਇਆ ਉਹਦਾ ਸਾਰਾ ਕੁਝ ਕਰਾ ਕੇ ਦਿੱਤਾ ਉਹ ਤੋਂ ਬਾਅਦ ਸਾਨੂੰ ਦੋ ਚਾਰ ਗੇਰੇ ਫੋਨ ਵੀ ਚੱਕਿਆ ਉਸ ਤੋਂ ਬਾਅਦ ਫੋਨ ਵੀ ਚੱਕਣੋਂ ਹਟ ਗਏ ਹੁਣ ਸੰਪਰਕ ਚ ਪਿਛਲੇ ਹਫਤੇ ਤੇ ਮੈਂ ਉਹਨਾਂ ਦੇ ਆਇਆ ਵੇ ਹੁਣ ਫੋਨ ਵੀ ਕਰਦੇ ਆ ਹੁਣ ਮੈਂ ਨਹੀਂ ਚੱਕ ਰਿਹਾ ਜੀ ਹਾਂਜੀ ਤੇ ਜਦੋਂ ਐਸਟੀਮੇਟ ਲਵਾਇਆ ਫਿਰ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਐਸਟੀਮੇਟ ਧੂਫ ਦੇ ਨੂੰ ਰੱਖਿਆ ਸੀ ਕਿ ਵਿਕਾਸ ਦੇ ਕੰਮ ਲਈ ਗ੍ਰਾਂਟ ਦੇਣ ਨੂੰ ਕਿਹਾ ਜੀ ਉਹਨਾਂ ਨੂੰ ਉਹਦੋਂ ਵਾਰ ਕਹਿੰਦੇ ਕੋਈ ਨਹੀਂ ਸਾਨੂੰ ਫੰਡ ਨਹੀਂ ਆ ਰਿਹਾ ਜਦੋਂ ਫੰਡ ਆਇਆ ਪਹਿਲ ਦੇ ਆਧਾਰ ਤੇ ਦੇਵਾਂਗੇ ਸਾਨੂੰ ਗ੍ਰਾਂਟ ਪਹਿਲਾਂ ਦੇਵਾਂਗੇ ਬਸ ਬਾਕੀ ਹੁਣ ਇਹਨਾਂ ਨੂੰ ਉਹਨਾਂ ਦੇ ਚੱਟ ਚ ਕੀ ਆ ਪਾਰਟੀ ਬਾਜੀ ਆ ਜਾਂ ਕੋਈ ਨਹੀਂ ਦੇਣਾ ਜਾਂ ਨਾਲੇ ਮੈਨੂੰ ਲੈ ਕੇ ਵੀ ਉਹੀ ਕਹੇ ਸੀ ਜਿਨ੍ਹਾਂ ਨੇ ਵੋਟ ਕੀਤੀ ਹੈ ਜਿਨ੍ਹਾਂ ਦੇ ਘਰੇ ਆਉਂਦੇ ਸੀ ਪੂਰੀਆ ਸਪੋਰਟ ਕਰੀ ਉਹਨਾਂ ਨੇ ਝਾੜੂ ਵਾਲਿਆਂ ਤੇ ਹਾਂਜੀ ਜੀ ਤੇ ਜਦੋਂ ਬੀਬੀ ਜੀ ਨੇ ਤੁਹਾਨੂੰ ਕਿਹਾ ਕਿ ਉਹਨਾਂ ਕੋਲ ਫੰਡ ਨਹੀਂ ਹੈਗਾ ਯਾ ਉਹਨਾਂ ਨੂੰ ਜਦੋਂ ਗ੍ਰਾਂਟ ਨਹੀਂ ਉਹਨਾਂ ਕੋਲ ਪਹੁੰਚ ਰਹੀ ਤੇ ਤੁਸੀਂ ਇਹ ਵੀ ਕਹਿਣਾ ਸੀ ਕਿ ਬੀਬੀ ਜੀ ਤੁਹਾਡੀ ਤਨਖਾਹ ਤਾਂ ਮਹੀਨੇ ਦੀ ਮਹੀਨੇ ਤੁਹਾਡੇ ਕੋਲ ਪਹੁੰਚ ਰਹੀ ਹੈ ਨਹੀਂ ਚਲੋ ਫੰਡ ਨੂੰ ਚਲੋ ਮੈਂ ਤਨਖਾਹ ਬਾਰੇ ਤਾਂ ਨਹੀਂ ਕੁਝ ਕਹਿ ਸਕਦਾ ਤਨਖਾਹ ਤਾਂ ਚਲੋ ਹੋਣੀ ਹੈ ਚਲੋ ਉਹਨਾਂ ਨੇ ਉਹ ਹੋਰ ਖਰਚੇ ਵੀ ਆ ਪਰ ਮੈਂ ਅਸੀਂ ਤਾਂ ਉਹ ਜਿੱਥੇ ਆਪਣਾ ਹੱਕਾ ਪਿੰਡ ਦਾ ਆਪਾਂ ਨੂੰ ਲੈਣਾ ਗ੍ਰਾਂਟ ਉਹਨਾਂ ਕ ਫੰਡ ਤਾਂ ਲਿਆ ਸਕਦੇ ਸੀ ਉਹ ਚਾਹੇ ਉਲਟੋ اپੋਜੀਸ਼ਨ ਸੀ ਉਹਨਾਂ ਦਾ اپੋਜੀਸ਼ਨ ਦੇ ਮੈਂਬਰ ਵੀ ਆ ਚਾਹੇ ਉਹਨਾਂ ਦੀ ਵੀ ਸਰਕਾਰ ਉਲਟ ਸੀ ਇੰਨਾ ਕ ਦਾ ਫੰਡ ਉਹਨਾਂ ਨੂੰ ਮਿਲ ਸਕਦਾ ਲਿਆ ਸਕਦੇ ਐ ਐਮ ਐਲ ਏ ਨੂੰ 25-30 ਲੱਖ ਰੁਪਏ ਆਉਂਦਾ ਹੀ ਆਉਂਦਾ ਸਾਲ 'ਚ 25 ਲੱਖ ਰੁਪਏ ਆਉਂਦਾ ਉਹਦੇ 'ਚੋ ਕੁਝ ਸ਼ੇਅਰ ਕਰ ਸਕਦੇ ਸੀ ਪਿੰਡਾਂ ਨੂੰ ਜੀ ਸਿਟੀ ਲਾਈਵ ਚੈਨਲ ਦੇਖ ਰਹੇ ਦਰਸ਼ਕਾਂ ਦੇ ਵਿੱਚ ਜਿੰਨੇ ਵੀ ਮਹਿਲਾ ਸਰਪੰਚ ਇਸ ਵਕਤ ਬੀਬੀ ਬਲਜਿੰਦਰ ਕੌਰ ਜੀ ਦੇ ਰੂਬਰੂ ਹੋ ਰਹੇ ਨੇ ਤੇ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹਾਂਗੀ ਕਿ ਜੇਕਰ ਕਿਤੇ ਤੁਹਾਨੂੰ ਆਪਣਾ ਕੰਮ ਕਰਦੇ ਹੋਏ ਕੋਈ ਹਿਚਕਿਚਾਹਟ ਮਹਿਸੂਸ ਹੁੰਦੀ ਹੈ ਤਾਂ ਉਹ ਬੀਬੀ ਬਲਜਿੰਦਰ ਕੌਰ ਜੀ ਜੋ ਪਿੰਡ ਨਵਾ ਡੱਲਾ ਦੇ ਸਰਪੰਚ ਨੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਔਰ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਨੇ ਕਿ ਸਰਪੰਚੀ ਕਰਨ ਲਈ ਔਰ ਬੋਲਣ ਲਈ ਇਹ ਹੌਸਲਾ ਕਿੱਥੋਂ ਆਇਆ ਔਰ ਆਪਾਂ ਜੇਕਰ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਬੀਬੀ ਬਲਜਿੰਦਰ ਕੌਰ ਜੀ ਦੇ ਪਤੀ ਜਿਸ ਤਰ੍ਹਾਂ ਸਰਦਾਰ ਗੁਰਦੀਪ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਇਸ ਸਾਲ ਕਲੇਰ ਜੀ ਤੋਂ ਬਹੁਤ ਉਮੀਦਾਂ ਨੇ ਔਰ ਅੰਤ ਦੇ ਵਿੱਚ ਸਿਟੀ ਲਾਈਫ ਚੈਨਲ ਇੱਕ ਸੁਨੇਹਾ ਦੇਣਾ ਚਾਹੁੰਦਾ ਫਿਰ ਉਹੀ ਦੁਬਾਰਾ ਪਿੰਡ ਅਖਾੜਾ ਜਿਸ ਦੀ ਪੰਚਾਇਤੀ ਆਮਦਨ ਵਧੀਆ ਹੈ ਔਰ ਪਿੰਡ ਨਵਾਂ ਡੱਲਾ ਜੀ ਦੀ ਪੰਚਾਇਤੀ ਆਮਦਨ ਜ਼ੀਰੋ ਹੈ ਵਿਕਾਸ ਕਮਾ ਪੱਖੋਂ ਪਿੰਡ ਡੱਲਾ ਹਲਕਾ ਜਿਗਰਾਉਂ ਦੇ ਵਿੱਚ ਇਸ ਸਮੇਂ ਪਹਿਲੇ ਨੰਬਰ ਤੇ ਆ ਰਿਹਾ ਹੈ ਪਰ ਕੀ ਕਾਰਨ ਹੈ ਕਿ ਪਿੰਡ ਅਖਾੜਾ ਦੀ ਪੰਚਾਇਤੀ ਆਮਦਨ ਹੋਣ ਦੇ ਬਾਵਜੂਦ ਔਰ ਪਿਛਲੇ ਸਾਬਕਾ ਪੰਚਾਇਤਾਂ ਚਾਰ ਸਾਬਕਾ ਪੰਚਾਇਤਾਂ ਇਸ ਸਮੇਂ ਮੌਜੂਦਾ ਪੰਚਾਇਤ ਨਾਲ ਮਿਲ ਕੇ ਚੱਲ ਰਹੀ ਹੈ ਫਿਰ ਵੀ ਪਿੰਡ ਦੇ ਵਿਕਾਸ ਕੰਮ ਨਹੀਂ ਹੋ ਰਹੇ ਔਰ ਜੇਕਰ ਦੇਖਿਆ ਜਾਵੇ ਤਾਂ ਸਾਬਕਾ ਪੰਚਾਇਤਾਂ ਨੇ ਪਿੰਡ ਦੀ ਪੰਚਾਇਤੀ ਆਮਦਨ ਕਿੱਥੇ ਖਰਚ ਕੀਤੀ ਇਹ ਇੱਕ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਬਲਬੀ ਬਲਜਿੰਦਰ ਕੌਰ ਜੀ ਆਪਣੇ ਪਿੰਡ ਦੇ ਹੋਰ ਕਿਹੜੇ ਕਿਹੜੇ ਵਿਕਾਸ ਕੰਮ ਕਰਵਾਉਂਦੇ ਨੇ ਇਹ ਸਾਰੀ ਜਾਣਕਾਰੀ ਲੈਣ ਦੇ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ